ਦਿੱਲੀ ਕੂਚ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸਾਨਾਂ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਟਰੈਕਟਰ ਹੈ ਕਾਫੀ ਦਮਦਾਰ ਟਰੈਕਟਰ ਹੈ, ਵੱਡਾ ਟਰੈਕਟਰ ਹੈ ਜਿਹੜਾ ਲੈ ਕੇ ਆਉਂਦਾ ਗਿਆ, ਔਰ ਇਸ ਨੂੰ ਇੱਕ ਕੈਬਿਨ ਬਣਾਇਆ ਗਿਆ ਤਾਂ ਕਿ ਪਾਣੀ ਦੀਆਂ ਬੁਛਾਰਾਂ ਵੀ ਜਾਂ ਹੋਰ ਵੀ ਕੋਈ ਦਿੱਕਤ ਨਾ ਆਵੇ, ਇੱਕ ਕੈਬਿਨ ਦੇ ਤੌਰ 'ਤੇ ਜਿਹੜਾ ਇੱਕ ਬਣਾਇਆ ਗਿਆ, ਔਰ ਪਿੱਛੇ ਉਹੀ ਟਰਾਲੀ ਜਿਹੜੀ ਹੈ ਨਾਲ ਲੱਗੀ ਹੋਈ ਹੈ ਜਿਹਦੇ ਵਿੱਚ ਸਾਰਾ ਸਾਜੋ ਸਮਾਨ ਹੈ, ਚਾਹੇ ਉਹ ਕੱਪੜੇ ਬਿਸਤਰੇ ਨੇ, ਚਾਹੇ ਉਹ ਹੋਰ ਖਾਣ ਪੀਣ ਦਾ ਸਮਾਨ ਹੈ, ਸਾਰਾ ਸਮਾਨ ਜਿਹੜਾ ਟਰੈਕਟਰ 'ਤੇ ਕਿਸਾਨ ਵੀਰ ਲੈ ਕੇ ਚੱਲੇ ਨੇ। ਕਿਸਾਨ ਵੀਰ ਨਾਲ ਗੱਲ ਕਰ ਲੈਂਦੇ ਹਾਂ ਕਿ ਇਹ ਜਿਹੜਾ ਟਰੈਕਟਰ ਬਣਾਇਆ ਕਿ ਇਹ ਸ਼ੀਸ਼ੇ ਦੇ ਕੈਬਿਨ ਦੇ ਨਾਲ ਕਵਰ ਕੀਤਾ ਹੈ। ਵੀਰ ਜੀ, ਟਰੈਕਟਰ ਨੂੰ ਸ਼ੀਸ਼ੇ ਦੇ ਕੈਬਿਨ ਦੇ ਨਾਲ ਕਵਰ ਕੀਤਾ ਹੋਇਆ, ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾ ਰਹੇ ਹੋ? ਫੁੱਲ ਤਿਆਰੀ ਆ, ਕੋਈ ਵਿਛਾੜਾ ਮਾਰ ਲੈਣ, ਕੋਈ ਚਾਹੇ ਯਾਤਰੂ ਗਏ ਛੱਡ ਲੈਣ, ਸਾਨੂੰ ਕੋਈ ਪਰਵਾਹ ਹੀ ਨਹੀਂ ਗੀ। ਵਾਟਰ ਖੇਡ ਨਾ ਮਿਲ ਸਕਦੇ, ਕੋਈ ਅਸਰ ਕਰ ਸਕਦੇ, ਤਾਂ ਕਰਕੇ ਅਸੀਂ ਇਹ ਕੈਬਨ ਲਿਆ ਕੇ ਲੈ ਕੇ ਆਏ ਹਾਂ ਜੀ। ਸਾਨੂੰ ਵਾਟੇ ਘੂਟ ਮਿੱਟੀ ਤੋਂ ਸਾਰੀ ਪ੍ਰੋਬਲਮ ਆ, ਅਸੀਂ ਪੂਰਾ ਇੰਤਜ਼ਾਮ ਕੀਤਾ ਜੀ, ਸਰਕਾਰ ਨੇ ਕੀਤਾ ਕਿ ਅਸੀਂ ਵੀ ਆਪਦਾ ਇੰਤਜ਼ਾਮ ਕਰਕੇ ਆਏ ਹਾਂ। ਉਸ ਤੋਂ ਪਹਿਲਾਂ ਸਰਕਾਰ ਆਪਦਾ ਵਿਚਾਰ ਲਵੇ ਵੀ ਉਹਨੇ ਕੀ ਕਰਨਾ ਜੱਟਾਂ ਦੇ ਨਾਲ, ਅਸੀਂ ਆਪਣੀ ਪੂਰੀ ਤਿਆਰੀ ਕਰਕੇ ਆਏ ਹਾਂ। ਜੇ ਉਹ ਅੱਗੇ ਬੈਰੀਕੇਡ ਲਾ ਰਹੇ ਆ ਜਾਂ ਆਪਦੇ ਗੱਲ ਪੱਤੀਆਂ ਲਾ ਰਹੇ ਆ, ਬਿਲਕੁਲ ਹੋਰ ਵੀ ਇਸ ਤਰ੍ਹਾਂ ਦੇ ਟਰੈਕਟਰ ਲੈ ਕੇ ਆਏ ਹਾਂ ਜੀ। ਅਸੀਂ ਤਕਰੀਬਨ ਇੱਕ ਦਰਜਨ ਟਰੈਕਟਰ ਇਸ ਤਰ੍ਹਾਂ ਦੇ ਜਿਹੜੇ ਨਾਕੇ ਤੇ ਅੱਗੇ ਜਾਣਗੇ ਤੇ ਨਾਕੇ ਤੋੜ ਕੇ ਅਸੀਂ ਅੱਗੇ ਜਾਵਾਂਗੇ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਹੈ, ਬਸ ਉਹਦਾ ਮੁਕਾਬਲਾ ਕਰਨ ਵਾਸਤੇ ਅਸੀਂ ਕਰਤਾ ਜੀ। ਬੈਰੀਕੇਡਿੰਗ ਕੀਤੀ ਹੈ ਤੇ ਅਸੀਂ ਹਾਈਡਰੇ ਨਾਲ ਤੇ ਮਸ਼ੀਨਾਂ JCB ਵੀ ਲੈ ਕੇ ਜਾ ਰਹੇ ਹਾਂ, ਜਿਹਦੇ ਨਾਲ ਅਸੀਂ ਉਹਨਾਂ ਦੇ ਬੈਰੀਕੇਡਿੰਗ ਤੋੜ ਕੇ ਅੱਗੇ ਜਾਵਾਂਗੇ। ਪੂਰੀ ਤਿਆਰੀ ਕਰਕੇ ਜਾ ਰਹੇ ਅਸੀਂ ਪੁੱਲ ਤਿਆਰੀ ਕਰਕੇ ਜਾ ਰਹੇ ਹਾਂ ਅਸੀਂ। ਬਸ ਸਾਡੀ ਇੱਕ ਸਮਝ ਲਓ ਵੀ ਸਰਕਾਰ ਦੇ ਨਾਲ ਸਾਡੀ ਆਖਰੀ ਲੜਾਈ ਵਾਂਗੂ ਆ, ਆਪਣੀ ਹੋਂਦ ਬਚਾਉਣ ਵਾਸਤੇ ਅਸੀਂ ਜਾ ਰਹੇ ਹਾਂ। ਬਿਲਕੁਲ ਸਰਕਾਰ ਦੇ ਨਾਲ ਆਖਰੀ ਲੜਾਈ ਹੈ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ। ਟਰੈਕਟਰ ਇੱਕ ਕੈਬਿਨ ਬਣਾਇਆ ਹੋਇਆ, ਬਹੁਤ ਵੱਡਾ ਟਰੈਕਟਰ ਹੈ ਔਰ ਕੈਬਿਨ ਬਣਾਇਆ ਹੋਇਆ, ਕਹਿਣਾ ਕਿ ਤਾਂ ਕਿ ਕੋਈ ਵੀ ਬੁਛਾਰਾ ਇਹ 'ਤੇ ਕੰਮ ਨਾ ਕਰ ਸਕਣ, ਔਰ ਇਸ ਤਰ੍ਹਾਂ ਦੀਆਂ ਹੋਰ ਵੀ ਤਿਆਰੀਆਂ ਕੀਤੀਆਂ। ਅਗਰ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ 7 ਲੇਅਰ ਦੀ, ਤਾਂ ਦੂਜੇ ਪਾਸੇ ਇਹਨਾਂ ਵੱਲੋਂ ਵੀ ਹਾਈਡਰੇ ਲੈ ਕੇ ਜਾ ਰਹੇ ਆ, JCB ਲੈ ਕੇ ਚੱਲੇ ਨੇ। ਸਾਫ਼ ਤੌਰ 'ਤੇ ਕਹਿਣਾ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ, ਇਹ ਕਿਸਾਨਾਂ ਦੀ ਸਰਕਾਰ ਨਾਲ ਆਖਰੀ ਲੜਾਈ ਹੈ ਔਰ ਇਹਨੂੰ ਜਿੱਤ ਕੇ ਹੀ ਮੁੜਨਗੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ। ਦਿੱਲੀ ਕੂਚ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸਾਨਾਂ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਟਰੈਕਟਰ ਹੈ ਕਾਫੀ ਦਮਦਾਰ ਟਰੈਕਟਰ ਹੈ, ਵੱਡਾ ਟਰੈਕਟਰ ਹੈ ਜਿਹੜਾ ਲੈ ਕੇ ਆਉਂਦਾ ਗਿਆ, ਔਰ ਇਸ ਨੂੰ ਇੱਕ ਕੈਬਿਨ ਬਣਾਇਆ ਗਿਆ ਤਾਂ ਕਿ ਪਾਣੀ ਦੀਆਂ ਬੁਛਾਰਾਂ ਵੀ ਜਾਂ ਹੋਰ ਵੀ ਕੋਈ ਦਿੱਕਤ ਨਾ ਆਵੇ, ਇੱਕ ਕੈਬਿਨ ਦੇ ਤੌਰ 'ਤੇ ਜਿਹੜਾ ਇੱਕ ਬਣਾਇਆ ਗਿਆ, ਔਰ ਪਿੱਛੇ ਉਹੀ ਟਰਾਲੀ ਜਿਹੜੀ ਹੈ ਨਾਲ ਲੱਗੀ ਹੋਈ ਹੈ ਜਿਹਦੇ ਵਿੱਚ ਸਾਰਾ ਸਾਜੋ ਸਮਾਨ ਹੈ, ਚਾਹੇ ਉਹ ਕੱਪੜੇ ਬਿਸਤਰੇ ਨੇ, ਚਾਹੇ ਉਹ ਹੋਰ ਖਾਣ ਪੀਣ ਦਾ ਸਮਾਨ ਹੈ, ਸਾਰਾ ਸਮਾਨ ਜਿਹੜਾ ਟਰੈਕਟਰ 'ਤੇ ਕਿਸਾਨ ਵੀਰ ਲੈ ਕੇ ਚੱਲੇ ਨੇ। ਕਿਸਾਨ ਵੀਰ ਨਾਲ ਗੱਲ ਕਰ ਲੈਂਦੇ ਹਾਂ ਕਿ ਇਹ ਜਿਹੜਾ ਟਰੈਕਟਰ ਬਣਾਇਆ ਕਿ ਇਹ ਸ਼ੀਸ਼ੇ ਦੇ ਕੈਬਿਨ ਦੇ ਨਾਲ ਕਵਰ ਕੀਤਾ ਹੈ। ਵੀਰ ਜੀ, ਟਰੈਕਟਰ ਨੂੰ ਸ਼ੀਸ਼ੇ ਦੇ ਕੈਬਿਨ ਦੇ ਨਾਲ ਕਵਰ ਕੀਤਾ ਹੋਇਆ, ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾ ਰਹੇ ਹੋ? ਫੁੱਲ ਤਿਆਰੀ ਆ, ਕੋਈ ਵਿਛਾੜਾ ਮਾਰ ਲੈਣ, ਕੋਈ ਚਾਹੇ ਯਾਤਰੂ ਗਏ ਛੱਡ ਲੈਣ, ਸਾਨੂੰ ਕੋਈ ਪਰਵਾਹ ਹੀ ਨਹੀਂ ਗੀ। ਵਾਟਰ ਖੇਡ ਨਾ ਮਿਲ ਸਕਦੇ, ਕੋਈ ਅਸਰ ਕਰ ਸਕਦੇ, ਤਾਂ ਕਰਕੇ ਅਸੀਂ ਇਹ ਕੈਬਨ ਲਿਆ ਕੇ ਲੈ ਕੇ ਆਏ ਹਾਂ ਜੀ। ਸਾਨੂੰ ਵਾਟੇ ਘੂਟ ਮਿੱਟੀ ਤੋਂ ਸਾਰੀ ਪ੍ਰੋਬਲਮ ਆ, ਅਸੀਂ ਪੂਰਾ ਇੰਤਜ਼ਾਮ ਕੀਤਾ ਜੀ, ਸਰਕਾਰ ਨੇ ਕੀਤਾ ਕਿ ਅਸੀਂ ਵੀ ਆਪਦਾ ਇੰਤਜ਼ਾਮ ਕਰਕੇ ਆਏ ਹਾਂ। ਉਸ ਤੋਂ ਪਹਿਲਾਂ ਸਰਕਾਰ ਆਪਦਾ ਵਿਚਾਰ ਲਵੇ ਵੀ ਉਹਨੇ ਕੀ ਕਰਨਾ ਜੱਟਾਂ ਦੇ ਨਾਲ, ਅਸੀਂ ਆਪਣੀ ਪੂਰੀ ਤਿਆਰੀ ਕਰਕੇ ਆਏ ਹਾਂ। ਜੇ ਉਹ ਅੱਗੇ ਬੈਰੀਕੇਡ ਲਾ ਰਹੇ ਆ ਜਾਂ ਆਪਦੇ ਗੱਲ ਪੱਤੀਆਂ ਲਾ ਰਹੇ ਆ, ਬਿਲਕੁਲ ਹੋਰ ਵੀ ਇਸ ਤਰ੍ਹਾਂ ਦੇ ਟਰੈਕਟਰ ਲੈ ਕੇ ਆਏ ਹਾਂ ਜੀ। ਅਸੀਂ ਤਕਰੀਬਨ ਇੱਕ ਦਰਜਨ ਟਰੈਕਟਰ ਇਸ ਤਰ੍ਹਾਂ ਦੇ ਜਿਹੜੇ ਨਾਕੇ ਤੇ ਅੱਗੇ ਜਾਣਗੇ ਤੇ ਨਾਕੇ ਤੋੜ ਕੇ ਅਸੀਂ ਅੱਗੇ ਜਾਵਾਂਗੇ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਹੈ, ਬਸ ਉਹਦਾ ਮੁਕਾਬਲਾ ਕਰਨ ਵਾਸਤੇ ਅਸੀਂ ਕਰਤਾ ਜੀ। ਬੈਰੀਕੇਡਿੰਗ ਕੀਤੀ ਹੈ ਤੇ ਅਸੀਂ ਹਾਈਡਰੇ ਨਾਲ ਤੇ ਮਸ਼ੀਨਾਂ JCB ਵੀ ਲੈ ਕੇ ਜਾ ਰਹੇ ਹਾਂ, ਜਿਹਦੇ ਨਾਲ ਅਸੀਂ ਉਹਨਾਂ ਦੇ ਬੈਰੀਕੇਡਿੰਗ ਤੋੜ ਕੇ ਅੱਗੇ ਜਾਵਾਂਗੇ। ਪੂਰੀ ਤਿਆਰੀ ਕਰਕੇ ਜਾ ਰਹੇ ਅਸੀਂ ਪੁੱਲ ਤਿਆਰੀ ਕਰਕੇ ਜਾ ਰਹੇ ਹਾਂ ਅਸੀਂ। ਬਸ ਸਾਡੀ ਇੱਕ ਸਮਝ ਲਓ ਵੀ ਸਰਕਾਰ ਦੇ ਨਾਲ ਸਾਡੀ ਆਖਰੀ ਲੜਾਈ ਵਾਂਗੂ ਆ, ਆਪਣੀ ਹੋਂਦ ਬਚਾਉਣ ਵਾਸਤੇ ਅਸੀਂ ਜਾ ਰਹੇ ਹਾਂ। ਬਿਲਕੁਲ ਸਰਕਾਰ ਦੇ ਨਾਲ ਆਖਰੀ ਲੜਾਈ ਹੈ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ। ਟਰੈਕਟਰ ਇੱਕ ਕੈਬਿਨ ਬਣਾਇਆ ਹੋਇਆ, ਬਹੁਤ ਵੱਡਾ ਟਰੈਕਟਰ ਹੈ ਔਰ ਕੈਬਿਨ ਬਣਾਇਆ ਹੋਇਆ, ਕਹਿਣਾ ਕਿ ਤਾਂ ਕਿ ਕੋਈ ਵੀ ਬੁਛਾਰਾ ਇਹ 'ਤੇ ਕੰਮ ਨਾ ਕਰ ਸਕਣ, ਔਰ ਇਸ ਤਰ੍ਹਾਂ ਦੀਆਂ ਹੋਰ ਵੀ ਤਿਆਰੀਆਂ ਕੀਤੀਆਂ। ਅਗਰ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ 7 ਲੇਅਰ ਦੀ, ਤਾਂ ਦੂਜੇ ਪਾਸੇ ਇਹਨਾਂ ਵੱਲੋਂ ਵੀ ਹਾਈਡਰੇ ਲੈ ਕੇ ਜਾ ਰਹੇ ਆ, JCB ਲੈ ਕੇ ਚੱਲੇ ਨੇ। ਸਾਫ਼ ਤੌਰ 'ਤੇ ਕਹਿਣਾ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ, ਇਹ ਕਿਸਾਨਾਂ ਦੀ ਸਰਕਾਰ ਨਾਲ ਆਖਰੀ ਲੜਾਈ ਹੈ ਔਰ ਇਹਨੂੰ ਜਿੱਤ ਕੇ ਹੀ ਮੁੜਨਗੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ।